ਸੰਗਰੂਰ ਦੇ ਪਿੰਡ ਲਹਿਲ ਕਲਾਂ ਦੇ ਵਿੱਚ ਇੱਕ ਨੂੰਹ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਹੈ। ਘਰੇਲੂ ਕਲੇਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕਾ ਦੇ ਪੁੱਤਰ ਨੇ 8 ਸਾਲ ਪਹਿਲਾਂ ਹੀ ਝਾਰਖੰਡ ਦੀ ਇੱਕ ਲੜਕੀ ਨਾਲ ਵਿਆਹ ਕਰਵਾਇਆ ਸੀ ਜੋ ਕਿ ਅਕਸਰ ਹੀ ਆਪਣੀ ਸੱਸ ਨਾਲ ਝਗੜਦੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਨਾਮ ਹੈ ਜੀ ਮੇਰਾ, ਪਿੰਡ ਬੜੀ ਡੇਲ ਹੈ ਜੀ। ਤੁਹਾਡੀ ਮਾਤਾ ਦੀ ਹੱਤਿਆ ਹੋਈ ਹੈ, ਕੀ ਮਾਮਲਾ? ਤੋ ਜੀ ਅਸੀਂ 4 ਵਜੇ ਮੈਂ ਤੇ ਮੇਰੇ ਭਰਾ ਜੀ ਚਲੇ ਗਏ, ਪੱਠੇ ਤੇ ਚਲੇ ਗਏ ਜੀ। ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾਹ ਲਿਆ, ਵੀ ਚਾਹ ਲਿਆ, ਅਸੀਂ ਚਾਹ ਲੈਣ ਵਗ ਗਏ ਜੀ। ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ, ਮੇਰੀ ਭਰਜਾਈ ਨੇ, ਸੁਰਿੰਦਰ ਕੌਰ ਨੇ। ਕੋਈ ਲੜੀ ਪੜੀ ਨਹੀਂ ਜੀ, ਆਥਣੇ ਚੜ੍ਹੇ, ਰੋਟੀ ਪਕਾਈਏ, ਇਕੱਠਾ ਸਾਰਾ ਖਾਧਾ ਜੀ। ਕੋਈ ਬੋਲਿਆ ਨਹੀਂ, ਕੋਈ ਚੱਲਿਆ ਨਹੀਂ। ਤੜਕੀ ਵੀ ਚਾਹ ਪੀ ਕੇ ਜੀ ਅਸੀਂ ਥਾਲੀ ਬੁੜੀ ਵੀ ਜਾਂਦੇ ਹੁੰਦੇ, 6 ਵਜੇ ਗਏ ਜੀ ਅਸੀਂ। ਮੌਤ ਉਹਦੀ ਹੋਈ ਪਈ ਜੀ ਬੁੜੀ ਜੀ। ਕਿੰਨੇ ਕੁ ਸਾਲ ਹੋ ਗਏ ਤੇਰੇ ਭਰਾ ਦੇ ਵਿਆਹ ਨੂੰ? ਹੋ ਗਏ ਜੀ 9 ਸਾਲ ਹੋ ਗਏ ਜੀ। ਕੋਈ ਜਾਂਦੇ ਜੀ ਵਧੀਆ ਰਹੇ ਜਏ ਤੇ ਜੀ, ਮਹੀਨਾ ਮਹੀਨੇ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ, ਉਹ ਵੀ ਇਹ ਬਿਹਾਰ ਕੀ ਹੈ ਜੀ, ਰੰਤੀ ਦਾ ਹੈਗਾ ਜੀ, ਪਿੰਡ ਮੁੰਡ ਦਾ ਮੈਂ ਨਾਂ ਨਹੀਂ ਜਾਣਦਾ ਜੀ। ਉਹਦਾ ਬੱਚੇ ਹੈਗੇ? ਬੱਚਾ ਇੱਕ ਮੁੰਡਾ, ਇੱਕ ਕੁੜੀ ਹੈ ਜੀ ਵੱਡੀ 6 ਸਾਲ ਕੀ, ਮੁੰਡਾ 1.5 ਸਾਲ ਕਾ ਜੀ। ਹਾਂਜੀ, ਇਹ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਲੇਹਲ ਕਲਾਂ ਵਿਖੇ ਭੂਰੀ ਕੌਰ ਨਾਮ ਦੀ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸੰਬੰਧ 'ਚ ਮੈਂ ਸਮੇਤ ਪੁਲਿਸ ਪਾਰਟੀ, ਅਸੀਂ ਮੌਕੇ 'ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਭੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ 'ਤੇ ਪਈ ਸੀਗੀ, ਖੂਨ ਨਾਲ ਲੱਥ ਪੱਥ, ਅਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ, ਅਤੇ ਉਹਨਾਂ ਦੀ ਜਿਹੜੀ ਮਾਤਾ ਭੂਰੀ ਕੌਰ ਦੀ ਨੂੰਹ ਸੀ ਚੰਦਰਮੁਨੀ, ਉਹਦੇ ਖਿਲਾਫ਼ ਅਸੀਂ ਕੇਸ ਦਰਜ ਕੀਤਾ 302 IPC ਤਹਿਤ। ਅਤੇ ਜਿਹੜੀ ਲਾਸ਼ ਹੈ ਉਹਦਾ ਅਸੀਂ ਮੁਆਇਨਾ ਕਰਕੇ, ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ, ਅਸੀਂ ਲਾਸ਼ ਮੂਣਕ ਸਿਵਲ ਹਸਪਤਾਲ ਮੋਰਚਰੀ ਵਿੱਚ ਭੇਜੀ ਹੈ ਅਤੇ ਉਹਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ। ਅਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਵੀ ਕੀ ਕਾਰਨਾਂ ਕਰਕੇ ਜਿਹੜਾ? ਦੇਖੋ ਜੀ, ਜੋ ਕਿਵੇਂ ਪਤਾ ਲੱਗਿਆ ਪਰਿਵਾਰ ਵੱਲੋਂ? ਹਾਂਜੀ ਹਾਂਜੀ, ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਅਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ, ਆਪਣੀ ਸੱਸ ਨਾਲ। ਅਤੇ ਅੱਜ ਸੁਬਹਾ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਅਤੇ ਇੱਕ ਪੂਰੀ ਸੋਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗੁਰਸੇਵ ਸਿੰਘ, ਇਹ ਪੱਠੇ 'ਤੇ ਗਏ ਸੀਗੇ। ਉਸ ਤੋਂ ਬਾਅਦ 'ਚ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਉਹ ਸੱਭਲ ਨਾਲ ਦੁਬਾਰ ਕਰ ਰਹੀ ਸੀਗੀ, ਅਤੇ ਗੱਲ ਉਹਨਾਂ ਦੇ ਵਾਰਸ ਪਹਿਲਾਂ ਮਾਰਿਆ ਸੀਗਾ ਸੰਗਰੂਰ ਤੋਂ। ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।